ਚੱਲ ਕੋਈ ਗੱਲ ਨਹੀਂ ਕਿਰਨ, ਲੈ ਆਵਾਂਗਾ ਫਿਰ ਮੈਂ। ਤੇ ਸੱਚ ਕਵਲ ਦੀ ਕੁੜੀਆਂ ਵਾਸਤੇ ਕੀ ਲਿਆਉਣਾ ਫਿਰ? ਨਵ ਉਹਦੀ ਕੁੜੀ ਵਾਸਤੇ ਕੀ ਲਿਆਉਣਾ ਵਾ, ਉਹਨੂੰ ਪਾ ਦਿਓ ਸ਼ਗਨ ਕੋਈ 1,500 ਦਾ, ਹੋਰ ਕੀ ਕਰਨਾ ਉਹਦੇ ਵਾਸਤੇ। ਲੈ ਦੱਸ ਕਿਰਨ, ਆਪਣੇ ਮੁੰਡੇ ਵਾਸਤੇ ਮੈਂ ਚੈਨੀ ਬਣਾ ਕੇ ਲਿਆਵਾਂ ਤੇ ਉਹਦੀ ਜਵਾਕੜੀ ਵਿਚਾਰੀ ਵਾਸਤੇ 1,500? ਨਵ ਠੀਕ ਹੈ 1,500 ਹੀ, ਨਾਲੇ ਸੋਨਾ ਸਸਤਾ ਥੋੜਾ ਵਾ ਜਿਹੜਾ ਆਪਾਂ ਹਰ ਇੱਕ ਨੂੰ ਵੰਡਦੇ ਫਿਰਨਾ ਵਾ। ਚਾਚੀ ਮੁੰਡਾ ਹੋਣ ਦੀ ਦਵਾਈ ਤੇ ਹੋਰ ਕੀ ਪੁੱਤ, ਮੁੰਡਾ ਹੋਣਾ ਵੀ ਜ਼ਰੂਰੀ ਆ। ਤੂੰ ਆਪਣੀ ਜਠਾਣੀ ਵਾਲੀ ਵੇਖ ਲੈ, ਪਹਿਲੀਆਂ 'ਚ ਹੀ ਮੁੰਡਾ ਜੰਮ ਲਿਆ ਆ। ਕਿਉਂ ਚਾਚੀ, ਤੂੰ ਕਮਲੀ ਹੋ ਗਈ ਆ, ਸਾਡੇ ਘਰ ਵਿੱਚ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਕਰਦਾ, ਤੂੰ ਕਿਹੋ ਜਿਹੀਆਂ ਮੱਤਾਂ ਦੇਈ ਜਾਂਦੀ ਆ ਮੈਨੂੰ? ਨਹੀਂ ਆ ਕੀ ਕਰਨ, ਹੁਣ ਤਾਂ ਨਾ ਵੀ ਉਹਦੀ ਕੁੜੀ ਵੱਲ ਗਏ ਆ, ਕਿਤੇ ਆ ਦੋਨੋਂ ਮਾਂ ਪੁੱਤ ਮੇਰੇ ਪੁੱਤ ਨਾਲੋਂ ਜ਼ਿਆਦਾ ਉਹਦੀ ਕੁੜੀ ਦਾ ਨਾ ਕਰਨ ਲੱਪਣ। ਹਾਂ ਪੁੱਤ ਆਵਾਜ਼ ਮਾਰੀ ਹੈ, ਕੀ ਕਹਿਣਾ ਹੈ? ਮੰਮੀ ਕਦੀ ਮੇਰੇ ਮੁੰਡੇ ਵੱਲ ਵੀ ਧਿਆਨ ਦੇ ਲਿਆ ਕਰੋ, ਮੈਂ ਉਹਨੂੰ ਸਾਰਾ ਦਿਨ ਇਕੱਲੀ ਸਾਂਭਦੀ ਰਹਿੰਦੀ ਹਾਂ, ਤੁਹਾਨੂੰ ਤਾਂ ਬਸ ਪਹਿਲੇ ਦਿਨ ਤੋਂ ਕਵਲ ਹੀ ਦੇਖਦੀ ਹੈ। ਕਿਰਨ, ਹਾਂਜੀ ਨਾ, ਆ ਲੈ ਫੜ ਤੇਰੇ ਮੁੰਡੇ ਦੀ ਚੈਨੀ। ਤੇ ਮੰਮੀ ਜੀ, ਹਾਂਜੀ ਪੁੱਤ, ਇਹਦੇ ਵਿੱਚ ਜੋ ਤੁਸੀਂ ਮੰਗਵਾਇਆ ਹੈ ਨਾ ਕੁੜੀਆਂ ਵਾਸਤੇ, ਉਹ ਆ। ਅੱਛਾ ਨਵ, ਕੀ ਮੰਗਾਇਆ ਮੰਮੀ ਨੇ? ਕਿਰਨ, ਮੰਮੀ ਨੂੰ ਨਾ ਛੋਟੇ ਦਾ ਫੋਨ ਆਇਆ ਸੀ ਤੇ ਉਹ ਕਹਿੰਦਾ ਸੀ ਕਿ ਜੋ ਤੁਸੀਂ ਆਪਣੇ ਕਾਕੇ ਵਾਸਤੇ ਲਿਆਓਗੇ ਨਾ ਉਹ ਮੇਰੀ ਗੁੜੀਆ ਵਾਸਤੇ ਵੀ ਲਿਆਇਓ, ਤਾਂ ਕਰਕੇ ਫਿਰ ਮੈਂ ਗੁੜੀਆ ਵਾਸਤੇ ਵੀ ਚੈਨੀ ਬਣਵਾ ਲਿਆ ਆ। ਲੈ ਦੱਸ, ਲੱਗੇ ਆ ਮੇਰੇ ਮੁੰਡੇ ਦੀ ਬਰਾਬਰੀ ਕਰਨ, ਨਾਲੇ ਫੋਨ ਕਰਨ ਵਾਲੇ ਨੇ ਤੇ ਕਰਤਾ, ਪਰ ਮੰਮੀ ਨੂੰ ਤੇ ਸੋਚਣਾ ਚਾਹੀਦਾ ਸੀ ਨਾ ਕਿ ਕੱਲ ਅਜੇ ਨਵ ਉਹਦੇ ਆਪਰੇਸ਼ਨ ਦੇ ਪੈਸੇ ਲਾ ਕੇ ਹਟਿਆ ਵਾ ਤੇ ਪੈਸੇ ਕਿਹੜੇ ਉੱਤੋਂ ਡਿੱਗਦੇ ਆ। ਕੋਈ ਗੱਲ ਨਹੀਂ, ਇਹ ਚੈਨੀ ਜੇ ਮੈਂ ਕਵਲ ਤੋਂ ਵਾਪਸ ਨਾ ਨਾ ਲਈ ਤੇ ਮੇਰਾ ਨਾਂ ਵੀ ਕਿਰਨ ਨਹੀਂ। ਮੰਮੀ ਜੀ ਹਾਂ ਪੁੱਤ, ਜਾਓ ਫਿਰ ਤੁਸੀਂ ਚੈਨੀ ਨੂੰ ਸਾਂਭ ਕੇ ਰੱਖ ਦਿਓ ਤੇ ਮੈਨੂੰ ਪਾਣੀ ਘੁੱਟ ਲਿਆ ਦਿਓ, ਤ੍ਰੇਹ ਬੜੀ ਲੱਗੀ ਆ। ਲਿਆਉਂਦੀ ਆ ਪੁੱਤ। ਠੀਕ ਜੀ। ਕਿਰਨ, ਤੂੰ ਕੀ ਸੋਚਣ ਲੱਗ ਪਈ ਹੈ ਹੁਣ? ਹੈ ਨਾ ਸੋਚਾ ਨਾ ਤੇ ਹੋਰ ਕੀ ਕਰਾਂ, ਮੈਨੂੰ ਤੁਹਾਡੀ ਫਿਕਰ ਹੋਣ ਡਈ ਆ, ਤੁਸੀਂ ਤੇ ਐਵੇਂ ਕਮਲੇ ਹੋਏ ਪਏ ਹੋ। ਉਹ ਕਿਰਨ, ਕਮਲੇ ਹੋਣ ਨੂੰ ਦੱਸ ਮੈਂ ਕੀ ਕਰਤਾ ਆ? ਨਵ ਜੇ ਛੋਟੇ ਦਾ ਫੋਨ ਆਇਆ ਸੀ ਮੰਮੀ ਨੂੰ ਤੇ ਤੁਸੀਂ ਝੱਟ ਉਹਦੀ ਕੁੜੀ ਵਾਸਤੇ ਚੈਨੀ ਲੈਣ ਦੀ? ਤੇ ਕਿਰਨ ਫਿਰ ਕੀ ਹੋ ਗਿਆ ਯਾਰ, ਉਹ ਵੀ ਤੇ ਇਸ ਘਰ ਦੀ ਧੀ ਆ। ਨਵ ਧੀ ਹੋਏਗੀ ਉਹ ਆਪਣੇ ਮਾਂ ਪਿਓ ਦੀ, ਨਾਲੇ ਜੇ ਛੋਟੇ ਨੂੰ ਇੰਨਾ ਸ਼ੌਂਕ ਹੈ ਨਾ ਚੈਨੀਆਂ ਪਾਉਣ ਦਾ ਤੇ ਉਹ ਆਪ ਲੈ ਆਉਂਦਾ। ਉਹ ਕਿਰਨ, ਤੈਨੂੰ ਵੀ ਪਤਾ ਆ ਉਹ ਉੱਥੇ ਨੌਕਰੀ ਕਰਕੇ ਫਸਿਆ ਬੈਠਾ ਆ, ਨਹੀਂ ਤੇ ਕਿਹੜੇ ਪਿਓ ਦਾ ਆਪਣੀ ਔਲਾਦ ਨੂੰ ਵੇਖਣ ਨੂੰ ਜੀ ਨਹੀਂ ਕਰਦਾ? ਜੇ ਇੰਨਾ ਹੀ ਜੀ ਕਰਦਾ ਨਾ ਤੇ ਤੁਸੀਂ ਆਪਣੇ ਭਰਾ ਨੂੰ ਕਹੋ ਕਿ ਇੱਥੇ ਆ ਜੇ, ਨਾਲੇ ਆਪਣੇ ਨਿਆਣੇ ਸਾਂਭੇ ਤੇ ਨਾਲੇ ਆਪਣੀ ਜਨਾਨੀ ਦੇ ਖਰਚੇ ਚੁੱਕੇ ਹੁਣ। ਉਹ ਕਿਰਨ, ਕਿਹੋ ਜਿਹੀਆਂ ਗੱਲਾਂ ਕਰਨ ਡਈ ਆ ਤੂੰ, ਨਾਲੇ ਇਹ ਗੱਲ ਤੇਰੇ ਦਿਮਾਗ 'ਚ ਕਿਵੇਂ ਆਈ ਆ? ਨਵ ਜੀ, ਤੁਹਾਡੀਆਂ ਅੱਖਾਂ ਤੇ ਇਹਨਾਂ ਦੀ ਮੋਹ ਦੀ ਪੱਟੀ ਵੱਜੀ ਹੈ ਨਾ ਤੇ ਮੈਂ ਜਾਣ ਬੁੱਝ ਕੇ ਸਭ ਕੁਝ ਵੇਖ ਸੁਣ ਕੇ ਆਪਣੀਆਂ ਅੱਖਾਂ ਨਹੀਂ ਬੰਦ ਕਰ ਸਕਦੀ। ਕਿਰਨ, ਤੂੰ ਮੈਨੂੰ ਸਾਫ਼ ਸਾਫ਼ ਦੱਸ ਤੇਰੇ ਦਿਮਾਗ 'ਚ ਗੱਲ ਕੀ ਚੱਲਣ ਡਈ ਆ? ਅੱਛਾ, ਜੇ ਤੁਸੀਂ ਸਾਫ਼ ਸਾਫ਼ ਸੁਣਨਾ ਨਾ ਤਾਂ ਸੁਣੋ ਫਿਰ, ਤੁਸੀਂ ਕਿੰਨਾ ਕੁ ਚਿਰ ਆਪਣੇ ਛੋਟੇ ਭਰਾ ਤੇ ਉਹਦੇ ਟੱਬਰ ਪਿੱਛੇ ਲੱਗ ਕੇ ਪੈਸੇ ਖਰਾਬ ਕਰੀ ਜਾਓਗੇ? ਉਹ ਕਿਰਨ, ਅੱਜ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ, ਅੱਗੇ ਕਦੀ ਤੂੰ ਇਦਾਂ ਬੋਲੀ ਨਹੀਂ। ਨਵ, ਅੱਗੇ ਕਦੀ ਮੈਂ ਤਾਂ ਨਹੀਂ ਬੋਲੀ ਕਿਉਂਕਿ ਛੋਟਾ ਉਦੋਂ ਇੱਥੇ ਸੀ ਤੇ ਉਹ ਆਪਣੀ ਜਨਾਨੀ ਦਾ ਖਰਚਾ ਆਪ ਚੁੱਕਦਾ ਸੀ, ਪਰ ਜਦੋਂ ਦਾ ਉਹ ਉੱਥੇ ਗਿਆ ਵਾ ਉਹਨੇ ਸਾਰਾ ਖਰਚਾ ਆਪਣੇ ਵੱਡੇ ਭਰਾ ਸਿਰ ਸੁੱਟਤਾ ਵਾ, ਜਿਹਦਾ ਵੱਡੇ ਭਰਾ ਦੇ ਤਾਂ ਰੁੱਖਾਂ ਨੂੰ ਪੈਸੇ ਲੱਗੇ ਹੁਣ। ਉਹ ਕਿਰਨ, ਇਦਾਂ ਦੀ ਕੋਈ ਗੱਲ ਨਹੀਂ ਆ, ਉਹ ਵਿਚਾਰ ਨੂੰ ਪਹਿਲਾਂ ਉੱਥੇ ਸੈੱਟ ਤੇ ਹੋ ਲੈਂਦੇ, ਨਾਲੇ ਜਿੰਨਾ ਕੁ ਉਹਦੇ ਕੋਲ ਸਰਦਾ ਆ ਉਹਨੇ ਕੁ ਪੈਸੇ ਤੇ ਮੰਮੀ ਨੂੰ ਭੇਜਦਾ ਹੀ ਆ। ਉਹ ਨਵ, ਉਹ ਮੰਮੀ ਨੂੰ ਘਰ ਖਰਚੇ ਲਈ ਪੈਸੇ ਭੇਜਦਾ ਵਾ, ਨਾ ਕਿ ਆਪਣੀ ਜਨਾਨੀ ਤੇ ਬੱਚੇ ਦੀ ਦਵਾਈਆਂ ਲਈ ਖਰਚਾ ਭੇਜਦਾ ਵਾ। ਉਹਨੂੰ ਚੈਨੀ ਮੰਗਾਉਣ ਤੋਂ ਪਹਿਲਾਂ ਘੱਟੋ ਘੱਟ ਇੰਨਾ ਤੇ ਸੋਚਣਾ ਚਾਹੀਦਾ ਸੀ ਕਿ ਅਜੇ ਕੱਲ ਮੇਰਾ ਵੱਡਾ ਭਰਾ ਮੇਰੀ ਜਨਾਨੀ ਦੇ ਜਨੇਪੇ ਤੇ ਪੈਸੇ ਲਾ ਕੇ ਹਟਿਆ ਵਾ ਤੇ ਅੱਜ ਉਹਦੇ ਕੋਲ ਮੈਂ ਚੈਨੀ ਮੰਗਾਉਣ ਲੱਗ ਪਿਆ ਵਾ। ਲੈ ਪੁੱਤ ਪਾਣੀ। ਲਿਆਓ ਮੰਮੀ। ਕਿਰਨ, ਤੂੰ ਕਿਹੜੀ ਗੱਲੋਂ ਬੋਲੀ ਜਾਣ ਡਈ ਹਾਂ? ਮੰਮੀ ਜੀ, ਇਹ ਸਾਡੇ ਦੋਨਾਂ ਦਾ ਆਪਸੀ ਮਾਮਲਾ ਵਾ, ਤੁਸੀਂ ਸਾਡੀ ਬਹੁਤੀ ਚਿੰਤਾ ਨਾ ਕਰੋ। ਇਸ ਤੋਂ ਪਹਿਲਾਂ ਕਿ ਕਿਰਨ ਮੰਮੀ ਨੇ ਕੋਈ ਉੱਚੀ ਨੀਵੀਂ ਗੱਲ ਕਰੇ, ਮੈਨੂੰ ਗੱਲ ਨੂੰ ਸੰਭਾਲਣਾ ਹੀ ਪੈਣਾ ਆ। ਉਹ ਮੰਮੀ, ਪਤਾ ਨਹੀਂ ਕਿਰਨ ਨੂੰ ਥੋੜ੍ਹੇ ਦਿਨਾਂ ਤੋਂ ਕੀ ਹੋ ਗਿਆ ਆ, ਮੇਰੀ ਕੁਝ ਜ਼ਿਆਦਾ ਫਿਕਰ ਕਰਦੀ ਆ, ਕਹਿੰਦੀ ਆ ਵੀ ਤੁਸੀਂ ਇਕੱਲੇ ਕਿੱਥੇ ਕਿੱਥੇ ਭੱਜੇ ਫਿਰਦੇ ਹੋ, ਘੜੀ ਪਲ ਆਰਾਮ ਵੀ ਕਰ ਲਿਆ ਕਰੋ। ਕਿਰਨ ਪੁੱਤ, ਕੁਝ ਨਹੀਂ ਹੁੰਦਾ, ਹੁਣ ਘਰ ਬਾਹਰ ਦੇ ਸਾਰੇ ਕੰਮ ਇੰਨੇ ਹੀ ਵੇਖਣੇ ਆ। ਪਰ ਮੰਮੀ ਜੀ, ਇਹ ਇਕੱਲੇ ਕੀ ਕਰਨਗੇ? ਕੋਈ ਗੱਲ ਨਹੀਂ ਕਿਰਨ ਪੁੱਤ, ਬਸ 2-4 ਦਿਨ ਦੀ ਤੇ ਹੋਰ ਗੱਲ ਆ, ਫਿਰ ਛੋਟੇ ਨੇ ਆ ਜਾਣਾ, ਬਾਕੀ ਉਹਨੇ ਸਭ ਕੁਝ ਵੇਖ ਲੈਣਾ ਆ। ਮੰਮੀ, ਕਦੋਂ ਕੋਣਾ ਫਿਰ ਛੋਟੇ ਨੇ? ਪੁੱਤ, ਉਹ ਤਾਂ ਕਹਿੰਦਾ ਸੀ ਜਿੱਦਣ ਮੈਨੂੰ ਛੁੱਟੀ ਮਿਲ ਗਈ ਤੇ ਮੈਂ ਉਦਣ ਹੀ ਆ ਜਾਣਾ ਆ। ਠੀਕ ਆ, ਚਲੋ ਮੰਮੀ ਜੀ, ਫਿਰ ਤਾਂ ਚੰਗੀ ਗੱਲ ਆ, ਨਵ ਦੇ ਸਿਰ ਤੋਂ ਵੀ ਕੁਝ ਬੋਝ ਘਟੂਗਾ। ਹਾਂ ਪੁੱਤ। ਮੰਮੀ ਜੀ, ਉਰੇ ਆਇਆ, ਮੇਰੀ ਗੱਲ ਸੁਣਿਓ। ਹਾਂ ਪੁੱਤ, ਆਉਂਦੀ ਆ। ਹਾਂ ਪੁੱਤ, ਆਵਾਜ਼ਾਂ ਮਾਰਨ ਡਈ ਹਾਂ। ਮੰਮੀ ਜੀ, ਮੇਰੀ ਮੰਮੀ ਦਾ ਫੋਨ ਆਇਆ ਸੀ ਤੇ ਉਹ ਮੈਨੂੰ ਪੁੱਛਣ ਡਈ ਸੀ ਤੁਸੀਂ ਜੋ ਵੀ ਲੈਣ ਦੇਣ ਕਰਨਾ ਉਹ ਮੈਨੂੰ ਦੱਸ ਦਿਓ।
ਪੁੱਤ ਮੈਂ ਕੀ ਦੱਸਣਾ ਵਾ, ਉਹ ਆਪਣੇ ਹਿਸਾਬ ਕਿਤਾਬ ਨਾਲ ਵੇਖ ਲੈਣ ਜੋ ਉਹਨਾਂ ਕਰਨਾ ਵਾ। ਮੰਮੀ ਜੀ ਫਿਰ ਵੀ ਤੁਸੀਂ ਦੱਸ ਦਿੰਦੇ, ਇਹ ਨਾ ਹੋਵੇ ਕਿ ਮੰਮੀ ਡੈਡੀ ਕੋਈ ਚੀਜ਼ ਲੈ ਆਵਣ ਆਪਣੇ ਹਿਸਾਬ ਨਾਲ ਅਤੇ ਲੋਕਾਂ ਨੂੰ ਮੌਕਾ ਮਿਲ ਜਾਵੇ ਉਹਨਾਂ ਨੂੰ ਗੱਲਾਂ ਕਰਨ ਦਾ, ਕਿ ਇਹਨਾਂ ਕੋਲ ਆਪਣੀ ਦੋਹਤੀ ਜੋਗਾ ਇਹੋ ਕੁਝ ਸਰਿਆ ਸੀ। ਪੁੱਤ ਲੋਕਾਂ ਦਾ ਕੀ ਆ, ਲੋਕ ਤਾਂ ਬੜਾ ਕੁਝ ਕਹਿੰਦੇ ਆ, ਤੂੰ ਆਪਣੇ ਮੰਮੀ ਡੈਡੀ ਨੂੰ ਕਹਿ ਦੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਹ ਉੱਦਾਂ ਹੀ ਕਰ ਲੈਣ, ਲੋਕ ਮੇਰੇ ਮੂੰਹ 'ਤੇ ਮੇਰੇ ਆ ਅਤੇ ਤੇਰੇ ਮੂੰਹ 'ਤੇ ਤੇਰੇ ਆ। ਅੱਕਾ ਅੱਕਾ ਪਤਾ ਨਹੀਂ ਕਿਉਂ ਰੋਈ ਜਾਂਦਾ ਆ, ਚੱਲ ਵੇਖਦੀ ਹਾਂ ਜਾ ਕੇ। ਕਿਰਨ ਪੁੱਤ ਕਿੱਥੇ ਆ ਤੂੰ, ਕਾਕਾ ਰੋਈ ਜਾਣ ਡਿਆ ਵਾ। ਮੰਮੀ ਜੀ ਮੈਂ ਬਾਥਰੂਮ ਚ ਆ, ਤੁਸੀਂ ਦੇਖ ਲਓ ਕਾਕੇ ਨੂੰ। ਠੀਕ ਆ ਪੁੱਤ। ਇਹ ਤੇ ਚੁੱਪ ਹੀ ਨਹੀਂ ਕਰਨ ਡਿਆ, ਚੱਲ ਮੈਂ ਇੱਦਾਂ ਕਰਦੀ ਹਾਂ ਕਵਲ ਕੋ ਲੈ ਜਾਂਦੀ ਹਾਂ ਇਹਨੂੰ। ਮੰਮੀ ਕੀ ਗੱਲ ਹੋਈ ਆ, ਕਿਉਂ ਰੋਣ ਡਿਆ ਕਾਕਾ। ਪੁੱਤ ਕਿਰਨ ਬਾਥਰੂਮ ਚ ਗਈ ਆ, ਇਹ ਮਗਰੋਂ ਰੋਣ ਲੱਗ ਪਿਆ। ਲਿਓ ਮੈਨੂੰ ਫੜੋ, ਮੈਂ ਚੁੱਕ ਕੇ ਵਹਿੰਦੀ, ਸ਼ਾਇਦ ਚੁੱਪ ਕਰ ਜੇ। ਲੈ ਫੜ ਪੁੱਤ, ਤੇ ਤੂੰ ਇੱਦਾਂ ਕਰ ਇਹਨੂੰ ਦੁੱਧ ਪਿਆ ਦੇ, ਮੈਨੂੰ ਲੱਗਦਾ ਇਹਨੂੰ ਭੁੱਖ ਲੱਗੀ ਹੋਣੀ ਆ, ਇਹਦੀ ਮੰਮੀ ਨੂੰ ਅਜੇ ਕੀ ਪਤਾ ਕਿੰਨਾ ਕੁ ਟਾਈਮ ਲੱਗ ਜਾਣਾ ਬਾਥਰੂਮ 'ਚ। ਮੰਮੀ ਮੈਂ ਦੁੱਧ ਪਿਆਵਾਂ? ਪੁੱਤ ਫਿਰ ਕੀ ਆ, ਚਾਚੀ ਵੀ ਤੇ ਮਾਵਾਂ ਵਰਗੀ ਹੁੰਦੀ ਆ। ਚਲੋ ਮੰਮੀ ਉਹ ਤਾਂ ਗੱਲ ਠੀਕ ਆ, ਪਰ ਦੀਦੀ ਨੂੰ ਕੋਈ ਇਤਰਾਜ਼ ਨਾ ਹੋਵੇ। ਪੁੱਤ ਜਦੋਂ ਮੈਂ ਵੱਡੀ ਤੈਨੂੰ ਕਹਿਣ ਡਈ ਆ ਨਾ, ਤੂੰ ਕਾਕੇ ਨੂੰ ਦੁੱਧ ਪਿਲਾ, ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ, ਉਹ ਕੁਝ ਨਹੀਂ ਕਹਿੰਦੀ ਤੈਨੂੰ। ਚਲੋ ਠੀਕ ਹੈ ਮੰਮੀ ਜੀ। ਮੰਮੀ ਜੀ ਤੁਸੀਂ ਕਾਕੇ ਨੂੰ ਇੱਧਰ ਕਿੱਦਾਂ ਲੈ ਆਏ? ਪੁੱਤ ਉਹ ਰੋਣ ਡਿਆ ਸੀ ਬੜਾ, ਤੇ ਮੈਂ ਚੁੱਕ ਕੇ ਉਹਨੂੰ ਇੱਧਰ ਲੈ ਆਈ ਹਾਂ। ਤੇ ਕਵਲ ਤੂੰ ਕੀ ਕਰਨ ਲੱਗੀ ਹੈ? ਦੀਦੀ ਮੈਨੂੰ ਮੰਮੀ ਨੇ ਕਿਹਾ ਸੀ ਕਾਕੇ ਨੂੰ ਦੁੱਧ ਪਿਆਉਣ ਵੱਲੋਂ, ਤੇ ਮੈਂ ਦੁੱਧ ਪਿਆਉਣ ਲੱਗੀ ਹਾਂ। ਤੂੰ ਰਹਿਣ ਦੇ ਕਵਲ, ਕਾਕਾ ਇੱਧਰ ਫੜਾ, ਮੈਂ ਆਪੇ ਦੁੱਧ ਪਿਆ ਲੈਣੀ, ਹੁਣ ਮੈਂ ਆ ਗਈ। ਦੀਦੀ ਕੀ ਗੱਲ, ਤੁਸੀਂ ਮੇਰੇ ਹੱਥੋਂ ਕਾਕਾ ਕੋਈ ਖੋਲਿਆ? ਸਹੀ ਗੱਲ ਹੈ, ਮੇਰੀ ਮੰਮੀ ਕਹਿ ਗਏ ਨੇ ਕਿ ਤੂੰ ਆਪਣੇ ਮੁੰਡੇ ਨੂੰ ਉਹਦੀ ਧੀ ਨਾਲੋਂ ਦੂਰ ਹੀ ਰੱਖੀ, ਨਾਲੇ ਮੰਮੀ ਜਿੰਨਾ ਮਰਜ਼ੀ ਭੱਜ ਲੈਣ ਉਹਨਾਂ ਵੱਲ, ਵਾਰਸ ਤੇ ਇਸ ਘਰ ਦਾ ਮੇਰਾ ਪੁੱਤ ਹੀ ਬਣਿਆ ਨਾ। ਕਿਰਨ ਪੁੱਤ ਬੈਠੀ ਆ? ਹਾਂਜੀ ਮੰਮੀ। ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ। ਹਾਂਜੀ ਮੰਮੀ ਦੱਸੋ ਕਿਹੜੀ ਗੱਲ ਕਰਨੀ ਹੈ ਤੁਸੀਂ? ਜਦੋਂ ਪੁੱਤ ਕਵਲ ਦੇ ਮੰਮੀ ਡੈਡੀ ਨੇ ਤੇਰੇ ਕੋਲੋਂ ਕਾਕਾ ਚੁੱਕਿਆ ਸੀ ਤੇ ਤੂੰ ਉਹਨਾਂ ਦੇ ਹੱਥੋਂ ਖੋਹ ਕੇ ਲਿਆ ਸੀ? ਨਹੀਂ ਨਹੀਂ ਮੰਮੀ ਜੀ, ਮੈਂ ਕਾਕਾ ਖੋਇਆ ਨਹੀਂ, ਉਹ ਤੇ ਕਵਲ ਦੀ ਗੁੜੀਆ ਰੋਣ ਲੱਗ ਪਈ ਸੀ ਤੇ ਸਾਰਿਆਂ ਦਾ ਧਿਆਨ ਉਹਦੇ ਵੱਲ ਚਲ ਗਿਆ ਸੀ, ਮੈਂ ਤਾਂ ਕਰਕੇ ਕਾਕਾ ਚੁੱਕ ਲਿਆ ਸੀ। ਕਿਰਨ ਮੈਨੂੰ ਇੱਦਾਂ ਕਿਉਂ ਲੱਗਦਾ ਵਾ ਤੂੰ ਕਵਲ ਦੀ ਧੀ 'ਚ ਤੇ ਆਪਣੇ ਪੁੱਤ 'ਚ ਵਿਤਕਰਾ ਕਰਨੀ ਆ? ਨਹੀਂ ਨਹੀਂ ਮੰਮੀ ਜੀ, ਤੁਹਾਨੂੰ ਉੱਦਾਂ ਹੀ ਲੱਗਦਾ ਵਾ, ਮੈਂ ਬੱਚਿਆਂ ਵਿੱਚ ਵਿਤਕਰਾ ਕਿਉਂ ਕਰਨਾ ਵਾ, ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ। ਵੇਖ ਕਿਰਨ ਪੁੱਤ, ਤੇਰੇ ਮਨ 'ਚ ਕੀ ਕੁਝ ਚੱਲਦਾ ਇਹ ਮੈਂ ਨਹੀਂ ਜਾਣਦੀ, ਪਰ ਜੇ ਤੈਨੂੰ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਆ ਨਾ, ਤੂੰ ਉਹਦਾ ਸ਼ੁਕਰਾਨਾ ਕਰਿਆ ਕਰ, ਐਵੇਂ ਪੁੱਤ ਦੇ ਚਾਚਾ ਹੀ ਤੂੰ ਕਵਲ ਦੀ ਕੁੜੀ ਨਾਲ ਵਿਤਕਰਾ ਨਾ ਕਰਨ ਲੱਗ ਪਈ। ਨਹੀਂ ਨਹੀਂ ਮੰਮੀ ਜੀ, ਇੱਦਾਂ ਦੀ ਕੋਈ ਗੱਲ ਨਹੀਂ ਆ, ਮੈਨੂੰ ਜਿੱਦਾਂ ਦਾ ਮੇਰਾ ਪੁੱਤ ਹੈ ਨਾ ਉਦਾਂ ਦੀ ਮੈਨੂੰ ਕਵਲ ਦੀ ਧੀ ਹੈ, ਮੇਰੇ ਲਈ ਦੋਨਾਂ ਵਿੱਚ ਕੋਈ ਫਰਕ ਨਹੀਂ ਆ। ਚੱਲ ਠੀਕ ਹੈ, ਮੇਰੀ ਧੀ ਇੱਦਾਂ ਹੀ ਸਿਆਣੀ ਬਣ ਕੇ ਰਹੀ, ਕਿਤੇ ਲੋਕਾਂ 'ਚ ਮੇਰੀ ਬੇਇੱਜ਼ਤੀ ਨਾ ਕਰਾ ਦੀ ਕਿ ਇਹਦੀ ਵੱਡੀ ਨੂੰਹ ਨੂੰ ਪੁੱਤ ਹੋਣ ਦਾ ਮਾਣ ਹੋ ਗਿਆ ਹੈ। ਨਹੀਂ ਨਹੀਂ ਮੰਮੀ ਜੀ, ਮੈਂ ਇੱਦਾਂ ਕਦੀ ਵੀ ਨਹੀਂ ਕਰਾਂਗੀ। ਲੈ ਦੱਸ ਮੈਂ ਮਾਣ ਕਰਾਂ ਕਿਉਂ ਨਾ, ਪੁੱਤ ਜੰਮਣੇ ਕਿਹੜੇ ਸੌਖੇ ਹੁੰਦੇ ਨੇ, ਨਾਲੇ ਰੱਬ ਕਰਮਾਂ ਵਾਲਿਆਂ ਨੂੰ ਪੁੱਤ ਦਿੰਦਾ ਵਾ। ਚੱਲ ਠੀਕ ਹੈ ਪੁੱਤ, ਤੂੰ ਕਰ ਰੈਸਟ, ਮੈਂ ਬਾਹਰ ਜਾ ਕੇ ਕੋਈ ਕੰਮ ਵੇਖ ਲਾਂ। ਠੀਕ ਹੈ ਮੰਮੀ ਜੀ। ਕਵਲ ਜੇ ਤੂੰ ਸੱਚ ਪੁੱਛੇ ਨਾ ਆਪਣੀ ਧੀ ਨੂੰ ਮਿਲੇ ਬਿਨਾ ਮੈਂ ਉੱਥੇ ਕਿੱਦਾਂ ਰਿਹਾ, ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ। ਕੋਈ ਗੱਲ ਨਹੀਂ, ਤੁਸੀਂ ਕਿਹੜਾ ਉੱਥੇ ਜਾਣਾ ਬੈਠੇ ਸੀ? ਹੋਰ ਕੀ ਆ, ਆ ਵੇਖ ਲੈ ਚੰਦਰੀਆਂ ਨੌਕਰੀਆਂ ਪਿੱਛੇ ਨਾ ਆਪਣਾ ਪਰਿਵਾਰ ਛੱਡਣਾ ਪੈਂਦਾ ਆ। ਮੈਂ ਜਦੋਂ ਵੀ ਨਵ ਅਤੇ ਕਿਰਨ ਨੂੰ ਇਕੱਠਿਆਂ ਵੇਖਦੀ ਨਾ, ਮੇਰੇ ਮਨ 'ਚ ਇਹੀ ਖਿਆਲ ਆਉਂਦਾ ਸੀ ਕਿ ਜਿੱਦਾਂ ਨਵ ਕਿਰਨ ਦਾ ਖਿਆਲ ਰੱਖਦਾ ਵਾ, ਜੇ ਤੁਸੀਂ ਮੇਰੇ ਕੋਲ ਹੁੰਦੇ ਨਾ ਤੁਸੀਂ ਵੀ ਮੇਰਾ ਇੱਦਾਂ ਹੀ ਖਿਆਲ ਰੱਖਣਾ ਸੀ। ਕੀ ਦੱਸਾਂ ਕਵਲ, ਮੈਂ ਆਪਣੇ ਆਪ ਨੂੰ ਕਿੰਨੀਆਂ ਕਸੂਰਵਾਰ ਨਜ਼ਰਾਂ ਨਾਲ ਵੇਖਦਾ ਹਾਂ, ਜਦੋਂ ਤੁਹਾਨੂੰ ਸਭ ਤੋਂ ਵੱਧ ਮੇਰੀ ਲੋੜ ਸੀ ਉਦੋਂ ਤੁਹਾਡੇ ਮੈਂ ਕੋਲ ਨਾ ਰਹਿ ਸਕਿਆ। ਕੋਈ ਗੱਲ ਨਹੀਂ ਜੀ, ਤੁਸੀਂ ਐਵੇਂ ਆਪਣਾ ਮਨ ਹੌਲਾ ਨਾ ਕਰੋ, ਹੁਣ ਤੁਸੀਂ ਸਾਡੇ ਕੋਲ ਜੇ ਸਾਨੂੰ ਇੰਨੇ 'ਚ ਬਹੁਤ ਖੁਸ਼ੀ ਆ। ਵੈਸੇ ਵੀ ਨਾ ਭਾਅ ਜੀ ਨੇ ਮੈਨੂੰ ਇੱਕ ਵਾਰੀ ਅਹਿਸਾਸ ਨਹੀਂ ਦਿੱਤਾ ਕਿ ਤੁਸੀਂ ਮੇਰੇ ਕੋਲ ਨਹੀਂ ਹੋ, ਸਗੋਂ ਉਹਨਾਂ ਨੇ ਹਰ ਵੇਲੇ ਨਿੱਕੀਆਂ ਭੈਣਾਂ ਵਾਂਗੂ ਮੇਰਾ ਧਿਆਨ ਰੱਖਿਆ ਵਾ। ਸਹੀ ਗੱਲ ਕਵਲ, ਤਾਂ ਹੀ ਤੈਨੂੰ ਵੱਡੇ ਵੀਰ ਕਰਕੇ ਅਤੇ ਮੰਮੀ ਕਰਕੇ ਇੱਥੇ ਮੈਂ ਛੱਡ ਗਿਆ ਹਾਂ, ਕਿਉਂਕਿ ਉਹ ਤੈਨੂੰ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ। ਸਹੀ ਕਹਿੰਦੇ ਜੇ ਤੁਸੀਂ, ਮੰਮੀ ਨੇ ਮੇਰਾ ਬੜਾ ਹੀ ਧਿਆਨ ਰੱਖਿਆ, ਜਿਵੇਂ ਜਿਵੇਂ ਡਾਕਟਰ ਕਹਿੰਦੇ ਗਏ ਮੰਮੀ ਉੱਦਾਂ ਹੀ ਕਰਦੇ ਗਏ, ਕਿਤੇ ਮੈਨੂੰ ਮੰਜੀ ਉਹ ਪੁੰਜੇ ਪੈਰ ਨਾਲ ਲਾਉਂ ਦਿੱਤਾ, ਜੇ ਮੈਂ ਕੋਈ ਕੰਮ ਕਰ ਲੱਗਣਾ ਤੇ ਮੰਮੀ ਨੇ ਤਾਂ ਵੀ ਰੋਕ ਦੇਣਾ ਕਿ ਸਾਰੀ ਉਮਰ ਕੰਮ ਕਰਨ 'ਚ ਪਈ ਆ, ਔਖੀ ਸੌਖੀ ਇੱਕ ਵਾਰੀ ਆ ਟਾਈਮ ਕੱਢ ਲਾ। ਠੀਕ ਆ, ਤੇ ਕਵਲ ਤੈਨੂੰ ਗੱਲ ਪੁੱਛਾਂ ਇੱਕ? ਹਾਂਜੀ ਪੁੱਛੋ। ਮੈਂ ਜਿੱਦਣ ਦਾ ਆਇਆ ਵਾਂ ਮੈਂ ਉਦੋਂ ਦਾ ਵੇਖਣ ਡਿਆ ਵਾਂ ਕਿ ਭਾਬੀ ਤੁਹਾਡੇ ਨਾਲ ਅੱਖ ਨੀਰ ਲਾਉਂਦੇ, ਕੀ ਗੱਲ ਘਰੇ ਗਲਤ ਨਹੀਂ ਹੋਈ ਕੋਈ?
गल तो कोई नहीं हुई जी, बस दीदी के मन च यह रहा वा कि मम्मी उन्होंने नालों वध मेरा करते ने। अच्छा, पर कवल उन्होंने मन च यह गल कि आई? यही तो मैनू समझ नहीं आती, पर मैं तुम्हें एक गल कह, तुम गुस्सा तो ना करोगे? ले दस कवल, मैं तेरी गल का गुस्सा क्यों करना है, तू कर गल कि करनी है? ना भाजी ने मेरा तो साड़ी कुड़ी का बड़ा ही ध्यान रखा वा, जिन्ना भी सारा खर्चा लगा उन्होंने अपनी जेब चो लाया वा, तुम एक बार जाके उन्होंने गल कर लो तो पैसों का हिसाब कर लो। हाँ कवल, वह तेरे कह तो बिना ही मैं वीर हिसाब करना है, नाले की पता भाभी जी के रुखे पाने का कारण यही हो वीर सारे पैसे अपनी जेब चो लाई जाते हैं। हाँ जी, ये भी हो सकता जे। चल ठीक है कवल, मैं फिर हुणे वीर नाल गल करके आना हाँ। चलो ठीक है जी। ਵੀਰ ਮੈਂ ਤੁਹਾਡੇ ਨਾਲ ਗੱਲ ਕਰਨੀ ਇੱਕ। ਹਾਂ ਘਰ ਮਲਕੀਤ, ਕਿਹੜੀ ਗੱਲ ਕਰਨੀ ਆ? ਤੁਹਾਡਾ ਵੀਰ ਬਹੁਤ ਬਹੁਤ ਧੰਨਵਾਦ। ਧੰਨਵਾਦ ਕਾਹਦਾ? ਧੰਨਵਾਦ ਮਲਕੀਤ। ਵੀਰ ਤੁਸੀਂ ਮੇਰੇ ਘਰ ਵਾਲੀ ਅਤੇ ਮੇਰੀ ਧੀ ਦਾ ਇੰਨਾ ਖਿਆਲ ਰੱਖਿਆ। ਉਹ ਕੋਈ ਗੱਲ ਨਹੀਂ ਮਲਕੀਤ, ਕਵਲ ਮੇਰੀਆਂ ਭੈਣਾਂ ਵਰਗੀ ਆ, ਨਾਲੇ ਧੀ ਕਿਹੜਾ ਉਹ ਤੇਰੇ ਇਕੱਲੇ ਦੀ ਆ, ਉਹ ਮੇਰੀ ਵੀ ਤਾਂ ਧੀ ਆ। ਅਤੇ ਹੋਰ ਕੀ ਭਾਅ ਜੀ, ਇਹ ਤਾਂ ਕਵਲ ਅਤੇ ਤੁਹਾਡੀ ਧੀ ਦਾ ਸਾਡੇ ਨਾਲੋਂ ਵੱਧ ਖਿਆਲ ਰੱਖਦੇ ਸੀ, ਇਹਨਾਂ ਨੂੰ ਅਤੇ ਮੰਮੀ ਨੂੰ ਇਸ ਘਰ ਵਿੱਚ ਬਸ ਕਵਲ ਹੀ ਦੇਖਦੀ ਸੀ। ਠੀਕ ਆ, ਅਤੇ ਵੀਰ ਤੁਹਾਡਾ ਮੈਂ ਹਿਸਾਬ ਜਿਹਾ ਕਰਨਾ ਹੈ। ਕਾਹਦਾ ਹਿਸਾਬ ਕਰਨਾ ਮਨਕੀਤ, ਨਾਲੇ ਪੈਸੇ ਤਾਂ ਮੈਨੂੰ ਕਾਹਦੇ ਫੜਾਉਣ ਡਿਆ ਆ? ਵੀਰੇ ਇਹ ਉਹ ਪੈਸੇ ਆ ਜਿਹੜੇ ਤੁਸੀਂ ਕਵਲ ਦੇ ਪ੍ਰਸ਼ਨ 'ਤੇ ਅਤੇ ਗੁੜੀਆ ਵਾ ਅਤੇ ਚੈਨੀ ਲੈ ਕੇ ਆਏ ਸੀ। ਉਹ ਮਲਕੀਤ, ਤੂੰ ਕਮਲਾ ਹੋ ਗਿਆ ਆ, ਹੁਣ ਮੈਂ ਤੇਰੇ ਕੋਲ ਪੈਸੇ ਲਵਾਂਗਾ? ਨਹੀਂ ਨਹੀਂ ਵੀਰ, ਪੈਸੇ ਆਪਣੀ ਜਗ੍ਹਾ ਨੇ ਅਤੇ ਰਿਸ਼ਤਾ ਆਪਣੀ ਜਗ੍ਹਾ ਆ, ਲੋੜ ਪੈਣ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਅਤੇ ਮੇਰਾ ਵੀ ਕੁਝ ਫਰਜ਼ ਬਣਦਾ ਆ। ਉਹ ਨਹੀਂ ਨਹੀਂ ਮਲਕੀਤ, ਮੈਂ ਤੇਰੇ ਕੋਲ ਨਹੀਂ ਪੈਸੇ ਲੈ ਸਕਦਾ ਯਾਰ। ਆ ਵੇਖ ਹਾਂ ਇਹਨਾਂ ਵੱਲ, ਪੈਸਿਆਂ ਨੂੰ ਵੀ ਮਨਾ ਕਰੀ ਜਾਂਦੇ ਨੇ। ਚੱਲ ਠੀਕ ਹੈ ਵੀਰ, ਜੇ ਤੂੰ ਪੈਸੇ ਨਹੀਂ ਲੈਣੇ ਤਾਂ ਤੇਰਾ ਮੇਰਾ ਅੱਜ ਤੋਂ ਰਿਸ਼ਤਾ ਖਤਮ। ਲੈ ਲਓ ਜੀ ਪੈਸੇ, ਭਾਅ ਜੀ ਨੇ ਪਿਆਰ ਨਾਲ ਦੇਣ ਡੇ ਆ, ਨਾਲੇ ਰਿਸ਼ਤੇ ਜਿਹੜੇ ਆ ਨਾ ਉਹ ਪੈਸਿਆਂ ਨਾਲੋਂ ਪਹਿਲਾਂ ਹੁੰਦੇ ਆ। ਚਲੋ ਠੀਕ ਆ ਜੀ, ਜੇ ਤੁਸੀਂ ਇੰਨੀ ਜਿੱਦ ਕਰਦੇ ਜੇ ਤਾਂ ਲਿਆ ਫੜਾ ਦੇ ਫਿਰ ਮਲਕੀਤ। ਅਤੇ ਹੋਰ ਸੁਣਾ ਫਿਰ, ਤੇਰਾ ਕੰਮ ਕਾਰ ਮਲਕੀਤ ਕਿੱਦਾਂ ਚੱਲਣ ਡਿਆ ਅੱਜ ਕੱਲ੍ਹ? ਹਾਂਜੀ ਵੀਰ, ਕੰਮ ਕਾਰ ਬਹੁਤ ਵਧੀਆ ਚੱਲਣ ਡਿਆ। ਠੀਕ ਆ। ਕਵਲ ਪੁੱਤ। ਹਾਂਜੀ ਮੰਮੀ। ਅੱਜ ਤੈਨੂੰ ਤੇਰੇ ਮੰਮੀ ਡੈਡੀ ਨੇ ਲੈਣ ਆਉਣਾ ਸੀ ਅਤੇ ਤੂੰ ਅਜੇ ਤੱਕ ਤਿਆਰ ਨਹੀਂ ਹੋਈ। ਮੰਮੀ ਉਹਨਾਂ ਨੇ ਤਾਂ ਆਉਣਾ ਸੀ ਪਰ ਇਹਨਾਂ ਨੇ ਮਨਾ ਕਰਤਾ। ਕਿਉਂ ਪੁੱਤ, ਇਹਨੇ ਕਿਉਂ ਮਨਾ ਕਰਤਾ? ਕਹਿੰਦੇ ਮਹਾਂ ਤਾਂ ਮੈਂ ਛੁੱਟੀ ਲੈ ਕੇ ਆਇਆ ਵਾਂ, ਜੇ ਗੁੜੀਆਂ ਲੈ ਕੇ ਤੂੰ ਪੇਕੇ ਚਲ ਗਈ ਤਾਂ ਮੈਂ ਇੱਥੇ ਇਕੱਲੇ ਨੇ ਕੀ ਕਰਨਾ ਵਾ, ਚਾਰ ਕੁ ਦਿਨ ਮੈਨੂੰ ਆਪਣੀ ਧੀ ਨਾਲ ਖੇਡ ਲੈਣ ਦੇ। ਗੱਲ ਤਾਂ ਪੁੱਤ ਠੀਕ ਆ ਮੁੰਡੇ ਵਾਲੀ ਵੀ, ਪਰ ਮੈਂ ਤਾਂ ਕਰਕੇ ਕਹਿੰਦੀ ਹਾਂ ਤੇਰਾ 3 ਮਹੀਨੇ ਦਾ ਪਰਹੇਜ਼ ਪੂਰਾ ਹੋ ਜਾਂਦਾ। ਕੋਈ ਗੱਲ ਨਹੀਂ ਮੰਮੀ ਜੀ, ਮੈਂ ਹੁਣ ਠੀਕ ਹਾਂ, ਨਾਲੇ ਡਾਕਟਰ ਨੇ ਮੈਨੂੰ ਕਹਿਤਾ ਵਾ ਕਿ ਤੂੰ ਥੋੜ੍ਹਾ ਬਹੁਤਾ ਕੰਮ ਕਰ ਸਕਦੀ ਆ, ਬਸ ਇੱਕ ਆਟਾ ਨਹੀਂ ਗੁੰਨਣਾ ਅਤੇ ਪੋਚਾ ਨਹੀਂ ਲਾਉਣਾ ਅਤੇ ਨਾ ਕੋਈ ਭਾਰੀ ਚੀਜ਼ ਚੁੱਕਣੀ ਆ। ਚੱਲ ਠੀਕ ਹੈ ਪੁੱਤ, ਤੂੰ ਫਿਰ ਇੱਦਾਂ ਕਰਿਆ ਕਰ, ਆਪਣਾ ਅਤੇ ਆਪਣੀ ਧੀ ਦਾ ਥੋੜ੍ਹਾ ਬਹੁਤਾ ਕਰ ਲਿਆ ਕਰ। ਠੀਕ ਹੈ ਮੰਮੀ ਜੀ। ਹਾਂ ਪੁੱਤ, ਹੁਣ ਵੇਖ ਲਾ ਕਿਰਨ ਤਾਂ ਸਾਰਾ ਕੰਮ ਕਰਨ ਲੱਗ ਪਈ ਆ, ਪਰ ਤੂੰ ਥੋੜ੍ਹਾ ਬਹੁਤਾ ਪਰਹੇਜ਼ ਰੱਖੀ ਅਜੇ, ਨਹੀਂ ਤਾਂ ਸਾਰੀ ਉਮਰ ਦਾ ਰੋਗ ਤੇਰੇ ਹੱਡਾਂ 'ਚ ਵੜ ਜਾਣਾ ਆ। ਠੀਕ ਹੈ ਮੰਮੀ ਜੀ। ਮੰਮੀ ਜੀ ਆ ਮੁੰਡਾ ਫੜਿਓ, ਹੁਣ ਲਿਆ ਪੁੱਤ। ਕੀ ਗੱਲ ਮੰਮੀ ਜੀ, ਤੁਸੀਂ ਹੁਣ ਵੀ ਕਮਲ ਨੂੰ ਕੰਮ ਤੋਂ ਕਿਉਂ ਰੋਕੀ ਜਾਂਦੇ ਜੇ? ਨਹੀਂ ਪੁੱਤ, ਮੈਂ ਰੋਕਦੀ ਨਹੀਂ, ਮੈਂ ਤਾਂ ਬਸ ਉਹਨੂੰ ਇਹੋ ਕਹਿਣ ਡਈ ਹਾਂ ਕਿ ਤੂੰ ਭਾਰਾ ਕੰਮ ਨਾ ਕਰੀ, ਬਾਕੀ ਹੌਲੇ ਹੌਲੇ ਕੰਮ ਕਰਨ ਲੱਗ ਪਾ। ਠੀਕ ਹੈ, ਅਤੇ ਕਵਲ ਤੂੰ ਅੱਜ ਪੇਕੇ ਜਾਣਾ ਸੀ, ਗਈ ਕਿਉਂ ਨਹੀਂ? ਨਹੀਂ ਦੀਦੀ, ਹੁਣ ਮੈਂ ਕਿਤੇ ਨਹੀਂ ਜਾਣਾ, ਇਹਨਾਂ ਨੇ ਮਨਾ ਕਰਤਾ ਵਾ, ਕਹਿੰਦੇ ਜਿੰਨਾ ਚਿਰ ਮੈਂ ਇੱਥੇ ਨਾ ਉਨਾ ਚਿਰ ਮੇਰੀ ਗੁੜੀਆ ਨੇ ਕਿਤੇ ਨਹੀਂ ਜਾਣਾ। ਠੀਕ ਹੈ। ਚਲੋ ਮੰਮੀ, ਗੁੜੀਆ ਅੰਦਰ ਸੁੱਤੀ ਪਈ ਆ, ਤੁਸੀਂ ਉਹਦਾ ਧਿਆਨ ਰੱਖਿਓ, ਮੈਂ ਜਾ ਕੇ ਨਾ ਆਵਾਂ। ਚੱਲ ਠੀਕ ਹੈ ਪੁੱਤ, ਤੂੰ ਨਾ ਆਇਆ, ਮੈਂ ਜਾਂਦੀ ਹਾਂ ਅੰਦਰ। ਚਲੋ ਠੀਕ ਹੈ ਮੰਮੀ। ਓਹੋ, ਗੁੱਡੀਆ ਰੋਣ ਲੱਗ ਪਈ ਆ। ਕਿਰਨ ਪੁੱਤ ਇੱਧਰ ਆਈ। ਕੀ ਗੱਲ ਮੰਮੀ, ਤੁਸੀਂ ਮੇਰੇ ਮੁੰਡੇ ਨੂੰ ਮੰਜੇ 'ਤੇ ਕਿਉਂ ਲਾਵਾਂ ਪਾਇਆ? ਪੋਤੇ ਸੌਂ ਗਿਆ ਸੀ ਅਤੇ ਗੁੱਡੀਆ ਰੋਣ ਲੱਗ ਪਈ ਸੀ, ਮੈਂ ਤੈਨੂੰ ਤਾਂ ਕਰਕੇ ਆਵਾਜ਼ ਮਾਰੀ ਸੀ ਵੀ ਇਹਨੂੰ ਅੰਦਰ ਲੈ ਜਾ, ਨਹੀਂ ਤਾਂ ਇਹ ਵੀ ਉੱਠ ਪਏਗਾ। ਹੁਣ ਤੂੰ ਗੁੱਡੀਆ ਨੂੰ ਫੜ ਅਤੇ ਮੈਂ ਇਹਦੇ ਵਾਸਤੇ ਦੁੱਧ ਗਰਮ ਕਰ ਲਿਆਵਾਂ। ਮੰਮੀ ਜੀ, ਮੇਰੇ ਕੋਲ ਨਹੀਂ ਇਹ ਸਾਂਭੀ ਜਾਂਦੀ, ਇਹਨੂੰ ਤੁਸੀਂ ਆਪ ਹੀ ਸਾਂਭੋ। ਨਾਲੇ ਇੱਕ ਗੱਲ ਹੋਰ, ਜਦੋਂ ਤੁਹਾਡੇ ਕੋਲ ਵਿਹਲ ਹੋਏ ਨਾ ਉਦੋਂ ਹੀ ਮੇਰੇ ਮੁੰਡੇ ਨੂੰ ਚੁੱਕਿਆ ਕਰੋ, ਜੇ ਇੱਦਾਂ ਹੀ ਉਹਨੂੰ ਥੱਲੇ ਪਾਉਣਾ ਹੁੰਦਾ ਨਾ ਤਾਂ ਬੇਸ਼ੱਕ ਮੇਰੇ ਮੁੰਡੇ ਨੂੰ ਨਾ ਚੁੱਕਿਆ ਕਰੋ। ਕਿਰਨ, ਕੀ ਮਤਲਬ ਤੇਰਾ?
मम्मी की कर लिया गुड़िया घरों आई है पुत मैनू लगता इन्हू भुख लगी है तो तुम दीदी कहते आपे ये दुध पिया दें कवल अपनी धी तू आप दुध पिया कर मेरे को नहीं पिया जाता नाले एक गल होर ये ना सोची कि तेरी धी मेरे पुत की थां ले लेगी इस घर हाय रब्बा किरण इन्ना जहर भरी बैठी अपने मन च धी पुत च इन्ना फर्क इन्ना माण इन्हू अपने पुत होने